ਜੇ ਕੋਈ ਗੱਲਬਾਤ ਕਰਨੀ ਹੀ ਇੱਥੇ ਕਰ ਲੈਂਦਾ, ਨਾਲੇ ਸਾਨੂੰ ਵੀ ਪਤਾ ਲੱਗਦਾ ਵੀ ਇਹਨੇ ਕਿਹੜੀ ਗੱਲ ਕਰਨੀ ਆ, ਇਹਨੂੰ ਨੌਕਰੀ ਤੇ ਰਖਾਉਣਾ ਵਾ ਕਿ ਹੋਰ ਕੋਈ ਗੱਲਾਂ ਬਾਤਾਂ ਵਾ। ਰਮਨ, ਮੈਨੂੰ ਤੇ ਆਪ ਨਹੀਂ ਪਤਾ ਲੱਗਣ ਡਿਆ ਵੀ ਲਵਲੀ ਕੀ ਸਾਬਤ ਕਰਨਾ ਚਾਹੁੰਦਾ ਸਾਡੇ ਕੋਲੋਂ। ਮੈਨੂੰ ਪਤਾ ਵਾ ਵੀ ਇੰਨਾ ਕੁਛ ਹੋ ਗਿਆ ਵਾ ਤੇ ਦੁਬਾਰਾ ਘਰ ਸੰਭਾਲਣਾ ਕਿੰਨਾ ਔਖਾ ਵਾ, ਪਰ ਮੰਮੀ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਆ, ਇਹਨਾਂ ਨੂੰ ਸਮਝ ਹੀ ਨਹੀਂ ਆਉਂਦੀ। ਮੇਰਾ ਇਰਾਦਾ ਮੰਮੀ ਨੂੰ ਨਾ ਫੋਨ ਲਾ ਹੀ ਲਵਾਂ ਤੇ ਉਹਨਾਂ ਨੂੰ ਦੱਸਦੀ ਹਾਂ ਵੀ ਇਹ ਤਾਂ ਇੱਦਾਂ ਕਹਿਣ ਦੇ ਆ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਮੈਂ ਜੀ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਸੁਣਾ ਕੀ ਹਾਲ ਚਾਲ ਆ? ਵਧੀਆ ਵਧੀਆ, ਤੁਸੀਂ ਦੱਸੋ? ਹਾਂ ਇਹ ਵੀ ਠੀਕ ਠਾਕ, ਕੀ ਕਰਨ ਦੇ? ਕੁਛ ਵੀ ਨਹੀਂ ਕਰਨਾ ਕੀ ਜੇ, ਇਹੀ ਬਸ ਕੰਮ ਕੁੰਮ ਕਰਕੇ ਹਟੇ ਸੀ। ਅੱਛਾ ਅੱਛਾ, ਹਾਂਜੀ। ਅੱਜ ਤੇ ਮੌਸਮ ਦਾ ਫਰਕ ਆ ਥੋੜਾ? ਆਹੋ ਨਹੀਂ, ਅੱਜ ਤੇ ਵੈਸੇ ਹੋਈ ਆ ਬਾਰਿਸ਼ ਵੀ ਥੋੜੀ ਜੀ। ਹਾਂਜੀ ਹਾਂਜੀ। ਨਾ ਹੋਰ ਤੁਸੀਂ ਕਰਨ ਦੇ? ਕੁਛ ਨਹੀਂ, ਮੈਂ ਵੀ ਝਾੜੂ ਲਾਉਣ ਡਈ ਸੀ। ਅੱਛਾ ਅੱਛਾ, ਹਾਂ ਚਲੋ ਵਧੀਆ ਵਾ। ਹੋਰ ਤੂੰ ਸੁਣਾ, ਉਹ ਦਿਨਾਂ ਤੇ ਸਾਰੇ ਖੁਸ਼ ਸੀ ਨਾ? ਹਾਂਜੀ ਅੰਮੀ ਜੀ, ਉਹ ਸਾਰੇ ਵਧੀਆ ਠੀਕ ਠਾਕ ਸੀ, ਉਹਨਾਂ ਨੇ ਕੋਈ ਵੀ ਗੱਲਬਾਤ ਕੀਤੀ। ਅੱਛਾ, ਤੇ ਇਹ ਸਗੋਂ ਅੱਜ ਗੱਲ ਕਰਨ ਦੇ ਸੀ। ਹਾਂ, ਆਖਣ ਦੇ ਸੀ ਵੀ ਚੱਲ ਜਿੱਦਾਂ ਜੋ ਬਣ ਲੱਗਾ ਵਾ ਇੱਥੇ 10,000 ਤੇ ਹੀ। ਹਾਂ ਤੇ ਸਰਵਿਸ ਸਟੇਸ਼ਨ ਤੇ। ਹਾਂ ਤੇ ਚੱਲ ਇੱਦਾਂ ਕਰਨੇ ਆ ਵੀ ਨਹੀਂ ਤੇ ਮੈਂ ਇਹਨਾਂ ਨੂੰ ਉੱਥੇ ਲੈ ਜਾਂਦਾ ਵਾਂ ਚੰਡੀਗੜ੍ਹ, ਤੇ ਉੱਥੇ ਚੱਲੇ ਵੀ 20-25,000 ਰੁਪਈਆ ਬਣ ਜਿਆ ਕਰਨਾ ਇਹਦਾ। ਮੇਰੀ ਗੱਲ ਸੁਣ ਰਪਿੰਦਰ, ਇਹ ਤੇ ਕੋਲੀਆਂ ਗੱਲਾਂ ਕਰਦਾ ਵਾ। ਮੈਂ ਮੰਨਦੀ ਆ ਵੀ ਲਵਲੀ ਨਾ ਜੋਬਨ ਨੂੰ ਉੱਥੇ ਲੈ ਜਾਊਗਾ, ਤਨਖਾਹ ਬੇਸ਼ੱਕ ਇਹਦੀ ਵੱਧ ਹੋ ਜੇ। ਹਾਂ ਪਰ ਜੋਤ ਕਿੱਥੇ ਰਹੂਗੀ, ਹੁਣ ਤੇ ਕਿਰਾਏ ਦੇ ਮਕਾਨ ਚ ਰਹਿਣ ਡਈ ਆ। ਚੱਲ ਮੈਂ ਜੀ, ਕਿੱਥੇ ਰਹੂਗੀ ਦੱਸ, ਇਹਦੇ ਵਿੱਚ ਕਿੱਦਾਂ ਦੀ ਗੱਲ ਕਰਨ ਦੇ ਆ? ਘਰ ਦੇ ਵਿੱਚ ਤੁਸੀਂ ਆ, ਕੀ ਗੱਲ ਤੁਸੀਂ ਜੋਤ ਨੂੰ ਰੱਖੋਗੇ? ਮੈਂ ਤੇ ਰੱਖੂਗੀ, ਪਰ ਉਹਨੇ ਸਾਡੇ ਕੋ ਆਉਣਾ ਨੀਗਾ, ਤੁਸੀਂ ਤੇ ਚਲ ਗਏ ਸੀ ਪੁੱਤ, ਅਸੀਂ ਦੋਵਾਂ ਜੀਆਂ ਨੇ ਇੰਨੇ ਤਰਲੇ ਕੀਤੇ ਵੀ ਰਹੋ ਰਹੋ, ਨਹੀਂ ਆਂਦਾ ਵੀ ਨਹੀਂ ਜੋ ਮੈਂ ਕਹਿਤਾ ਕਹਿਤਾ, ਮੈਂ ਹੁਣ ਇੱਥੇ ਨਹੀਂ ਰਹਿ ਸਕਦਾ। ਚਲ ਗਏ ਆ ਫੇਰ? ਚਲ ਗਏ ਆ, ਉਹ ਤੇ ਸ਼ਾਮੀ ਤੁਹਾਡੇ ਮਗਰ ਹੀ ਨਿਕਲ ਗਏ। ਮੈਂ ਸੋਚਿਆ ਘਰ ਹੋਣਾ ਵਾ। ਨਹੀਂ ਨਹੀਂ, ਘਰ ਨੀ ਗਿਆ ਹੈਗਾ। ਲੈ ਮੈਂ ਤਾਂ ਫੋਨ ਲਾਇਆ ਸੀ, ਮੈਂ ਚੱਲ ਗੱਲ ਕਰਦੀ ਨਾਲੇ ਉਹਦੇ ਨਾਲ ਵੀ ਤੇ ਚੱਲ ਪੁੱਛਦੀ ਆ ਭਲਾ। ਲੈ ਪੁੱਤ, ਤੂੰ ਮੈਨੂੰ ਕਿਹਾ ਸੀ ਵੀ ਮੰਮੀ ਤੁਸੀਂ ਕੋਈ ਗੱਲ ਨਾ ਕਰਿਓ ਤੇ ਕੋਈ ਨੀ ਹੁਣ ਇੱਥੇ ਰਹੀ ਜਾਊ, ਤੇਰੇ ਕਹਿਣ ਤੇ ਮੈਂ ਆਪਣੀ ਜ਼ਬਾਨ ਚੋਂ ਕੋਈ ਗੱਲ ਨਹੀਂ ਕੱਢੀ, ਪਰ ਵੇਖ ਲਾ ਤੇ ਮੇਰੇ ਤੇ ਤਾਂ ਨਹੀਂ ਤਰਸ ਆਇਆ ਤੇ ਤੇਰੇ ਪਿਓ ਤੇ ਤਾਂ ਥੋੜਾ ਬਹੁਤਾ ਤਰਸ ਕਰਦੇ। ਚੱਲ ਕੋਈ ਗੱਲ ਨੀ ਅੰਮੀ, ਮੈਂ ਇਹਨਾਂ ਨੂੰ ਫੋਨ ਲਾ ਕੇ ਪੁੱਛੂ ਭਲਾ, ਜੇ ਤੇ ਮੇਰਾ ਫੋਨ ਚੁੱਕ ਲੂਗਾ ਨਾ ਤੇ ਕੋਈ ਨੀ ਮੈਂ ਕਰ ਲੈਣੀ ਗੱਲ ਆਪੇ ਉਹਦੇ ਨਾਲ। ਵੇਖ ਲਾ ਤੂੰ ਵੀ ਗੱਲ ਆਪਣੀ ਮਰਜ਼ੀ, ਤੂੰ ਵੀ ਮਾਂ ਪਿਓ ਦੀ ਤਾਂ ਮੰਨਣੀ ਨੀ, ਤੂੰ ਵੀ ਜੋਬਨ ਦੀ ਗੱਲ ਕਰਨੀ। ਚੱਲ ਮੰਮੀ ਜੀ, ਮੈਨੂੰ ਤੇ ਇਹੋ ਹੀ ਆ ਵੀ ਚੱਲ ਤੁਹਾਡਾ ਪੁੱਤ ਵਾ ਤੁਹਾਡਾ ਘਰ ਵਾ ਇੱਥੇ ਰਵੇ, ਮੈਨੂੰ ਇਹਦੇ ਵਿੱਚੋਂ ਕੀ ਮਿਲਣਾ ਵਾ, ਮੈਂ ਤੁਹਾਡੇ ਬਾਰੇ ਸੋਚਣ ਦੀ ਆ। ਕਰ ਲੈ ਤੂੰ ਗੱਲ ਫਿਰ ਆਪਣੇ ਹਿਸਾਬ ਨਾਲ। ਆ ਚਲੋ ਕੋਈ ਨੀ, ਠੀਕ ਆ ਫਿਰ ਮੈਂ ਕਰੂੰ ਬਾਅਦ ਚ। ਠੀਕ ਆ, ਚੰਗਾ ਚੰਗਾ। ਦੱਸ ਉਹ ਤਾਂ ਚੱਲ ਵੀ ਗਿਆ ਵਾ, ਜੋ ਜਾਣ ਲੱਗਾ ਸੀ ਤੁਸੀਂ ਮੈਨੂੰ ਉਦੋਂ ਫੋਨ ਲਾ ਕੇ ਦੱਸਦੇ ਤੇ ਮੈਨੂੰ ਫੋਨ ਲਾ ਕੇ ਥੋੜ੍ਹਾ ਬਹੁਤਾ ਸਮਝਾਉਂਦੀ ਵੀ ਜੋਬਨ ਨਾ ਆ ਜਾਈ, ਹੁਣ ਉਹ ਚੱਲ ਗਿਆ ਵਾ ਤੇ ਹੁਣ ਅਸੀਂ ਜੋਬਨ ਚੱਲ ਗਿਆ ਵਾ ਜੀ, ਅਸੀਂ ਵੇਹਨੀ ਆ ਭਲਾ ਫੋਨ ਲਾ ਕੇ ਜੇ ਤੇ ਚੁੱਕ ਲੂ ਕਦੇ। ਮੇਰਾ ਇਰਾਦਾ ਵਾ ਵੀ ਆਉਂਦੇ ਆ ਨਾ ਬਾਹਰੋਂ, ਇਹਨਾਂ ਨੂੰ ਕਹਿੰਦੇ ਆ ਵੀ ਆ ਬੂਟਾ ਜਿਹੜਾ ਨਾ ਥੱਲਿਓ ਥੱਲਿਓ ਛਾਂਗ ਹੀ ਦਿਓ, ਆ ਖਲਾਰਾ ਜਿਹਾ ਪੈ ਜਾਣਾ ਨਹੀਂ ਤੇ। ਆਹ ਤਾਂ ਗੱਲ ਠੀਕ ਵਾ, ਇੱਕ ਫਿਕਰ ਤੇ ਹੋਰ ਵੜ ਵੜ ਕੇ ਖਾਈ ਜਾਂਦਾ ਵਾ, ਮੈਨੂੰ ਰੁਪਿੰਦਰ ਦੀ ਸਮਝ ਨਹੀਂ ਆਉਂਦੀ, ਕਦੀ ਆਉਂਦੀ ਆ ਵੀ ਜੋਬਨ ਨੂੰ ਲੈ ਆਓ ਇੱਦਾਂ ਕਰੋ ਉੱਦਾਂ ਕਰੋ, ਹੁਣ ਇੱਕ ਵਾਰਾਂ ਤੇ ਉਹ ਆ ਗਿਆ ਵਾ, ਗਾੜੀ ਕੀਤਾ ਉਹਨੇ ਆਉਣਾ ਵਾ ਕਿ ਨਹੀਂ ਆਉਣਾ, ਹੁਣ ਲਵਲੀ ਕਹਿੰਦਾ ਵਾ ਪਿੰਡ ਆਵੇ, ਜੇ ਪਿੰਡ ਨਾ ਗਿਆ ਫਿਰ ਵੀ ਤਾਂ ਉਹਨੇ ਪੁੱਛਣਾ ਹੀ ਆ ਵੀ ਪਿੰਡ ਕਿਉਂ ਨਹੀਂ ਆਇਆ, ਕੀ ਗੱਲ ਵਾ
ਕਿੱਥੇ ਰਹਿੰਦਾ ਵਾ, ਕੀ ਕਰਾਂ। ਇਹਨੇ ਤਾਂ ਨਾ ਫਾਹੇ ਲਾਤਾ ਵਾ, ਕਿਆ ਕੀਤਾ ਸੀ ਵੀ ਸਿਰ ਤੋਂ ਭਾਰ ਲੱਥ ਜੂਗਾ, ਪਰ ਜਿਹੜਾ ਪ੍ਰਾਹੁਣਾ ਲੱਭਿਆ ਨਾ, ਨਿੱਕੀ ਨਿੱਕੀ ਗੱਲ 'ਤੇ ਸਾਡੇ ਘਰ ਦਖਲ ਅੰਦਾਜ਼ੀ ਕਰਦਾ ਵਾ। ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੱਲ੍ਹ ਨੂੰ ਸੱਚਾਈ ਦਾ ਪਤਾ ਲੱਗੂਗਾ ਫਿਰ ਕੀ ਕਹੂਗਾ, ਸਾਨੂੰ ਦੋਵਾਂ ਜੀਆਂ ਨੂੰ ਗਲਤ ਠਹਿਰਾਊਗਾ ਵੀ ਤੁਸੀਂ ਗਲਤ ਜੇ। ਮੇਰਾ ਇਰਾਦਾ ਵਾ ਰੁਪਿੰਦਰ ਦੇ ਡੈਡੀ ਨਾਲ ਗੱਲ ਕਰਾਂ ਵੀ ਇੱਦਾਂ ਨਹੀਂ ਗਾ ਹੱਲ ਹੋਣਾ, ਕੋਈ ਨਾ ਕੋਈ ਗੱਲ ਨਾ ਕਰੋ ਜਿਹਦੇ ਨਾਲ ਉਹਨੂੰ ਇਹ ਪਤਾ ਲੱਗ ਜੇ ਵੀ ਜੋ ਬਣੇ ਇੱਦਾਂ ਵਾ। ਹੋਰ ਹੁਣ ਕਿੰਨੇ ਕੁ ਪੜਦੇ ਪਾਵਾਂਗੇ, ਮੇਰੇ ਕੋਲ ਨਹੀਂ ਪੜਦੇ ਪੈਂਦੇ ਰੋਜ਼ ਰੋਜ਼, ਪਤਾ ਨਹੀਂ ਹੈ ਵੇਲੀ ਆ, ਲੱਗਦਾ ਵੇਲੀ ਜਾਨੀ ਮਗਰ। ਪੱਠੇ ਲੈਣ ਜਾਣਾ ਵਾ ਤੁਸੀਂ ਅਜੇ? ਓਏ ਪੱਠੇ ਮੈਂ ਪਾਤੇ ਜਿਹੜੇ ਹੈਗੇ ਸੀ ਤੇ ਹੁਣ ਠਹਿਰ ਕੇ ਲੈ ਆਉਨੇ ਆ ਤੇ ਮੈਂ ਮੋਟਰ ਦੇ ਜਾ ਟਕਣਾ। ਸ਼ਾਮਾਂ ਨੂੰ ਜਾਇਓ ਹੁਣ, ਇਹ ਵੇਲੇ ਤਵਾੜ ਜਿਹਾ ਬੜਾ ਲੱਗ ਜਾਂਦਾ, ਜਾਂ ਤਾਂ ਸਵਸਤੇ ਲਿਆਵੇ ਬੰਦਾ ਤੇ ਜਾਂ ਫਿਰ ਸ਼ਾਮ ਨੂੰ ਲਿਆਵੇ। ਚਲੋ ਸ਼ਾਮਾਂ ਨੂੰ ਲਿਆਵਾਂਗੇ। ਤੇ ਚੱਲ ਮੈਂ ਤੁਹਾਡੇ ਵੱਲ ਕੀ ਆਉਣਾ ਸੀਗਾ, ਮੈਨੂੰ ਤਾਂ ਇੱਕੋ ਫਿਕਰ ਵੱਢ ਵੱਢ ਕੇ ਖਾਈ ਜਾਣ ਡਿਆ ਵਾ। ਹੁਣ ਜਿੱਦਾਂ ਰੁਪਿੰਦਰ ਨੇ ਕਹਿ ਤਾ ਵੀ ਲਵਲੀ ਆਉਂਦਾ ਵਾ ਵੀ ਜੋਬਨ ਸਾਡੇ ਕੋਲ ਆਵੇ, ਹੁਣ ਮੈਨੂੰ ਤਾਂ ਇਹਨਾਂ ਗੱਲਾਂ ਦੀ ਸਮਝ ਨਹੀਂ ਆਉਂਦੀ ਵੀ ਉਹ ਕਹਿਣਾ ਕੀ ਚਾਹੁੰਦਾ ਵਾ। ਪਹਿਲੋਂ ਕਹਿੰਦਾ ਸੀ ਵੀ ਉਹਨੂੰ ਡੈਡੀ ਇੱਥੇ ਸੱਦ ਦਿਓ ਆਪਣੇ ਘਰ, ਤੇ ਜੇ ਹੁਣ ਇੱਥੇ ਸੱਦਿਆ ਵਾ ਤਾਂ ਹੁਣ ਕਹਿੰਦਾ ਮੇਰੇ ਕੋਲ ਉਹਨੂੰ ਬੁਲਾਓ। ਐਡੀਆਂ ਕਿਹੜੀਆਂ ਬਾਹਾਂ ਆਕੜੀਆਂ ਵਾ ਵੀ ਜਿਹੜਾ ਨੇ ਘਰ ਸੱਦਣਾ ਵਾ, ਦੋ ਘੜੀ ਦਾ ਮੇਲ ਹੁੰਦਾ ਵਾ, ਇੱਥੇ ਆਣ ਕੇ ਮਿਲ ਗਿਆ ਤੇ ਗਿਆ ਵਾ, ਹੁਣ ਕੀ ਕਹਿਣਾ ਵਾ ਉਹਨੂੰ। ਜੇ ਕੋਈ ਗੱਲਬਾਤ ਕਰਨੀ ਸੀ ਇੱਥੇ ਕਰ ਲੈਂਦਾ, ਨਾਲੇ ਸਾਨੂੰ ਵੀ ਪਤਾ ਲੱਗਦਾ ਵੀ ਇਹਨੇ ਕਿਹੜੀ ਗੱਲ ਕਰਨੀ ਆ, ਇਹਨੂੰ ਨੌਕਰੀ ਤੇ ਰਖਾਉਣਾ ਵਾ ਕਿ ਹੋਰ ਕੋਈ ਗੱਲਾਂ ਬਾਤਾਂ ਵਾ। ਰਮਨ ਮੈਨੂੰ ਤੇ ਆਪ ਨਹੀਂ ਪਤਾ ਲੱਗਣ ਡਿਆ ਵੀ ਲਵਲੀ ਕੀ ਸਾਬਤ ਕਰਨਾ ਚਾਹੁੰਦਾ ਸਾਡੇ ਕੋਲੋਂ ਵੀ ਇਹ ਤੁਹਾਡੇ ਨਾਲ ਬੋਲਦਾ ਜਾਂ ਕੀ ਹਿਸਾਬ ਤਾਬ ਵਾ। ਜਦੋਂ ਨਹੀਂ ਉਦੋਂ ਇਹ ਗੱਲ ਕਹਿ ਦਿੰਦਾ ਮੇਰੀ ਜੋਬਨ ਨਾਲ ਗੱਲ ਕਰਾਓ, ਜੋਬਨ ਨਾਲ ਗੱਲ ਕਰਾਓ। ਹੁਣ ਤੇਰੇ ਹੁੰਦਿਆਂ ਮੈਂ ਕਿੰਨੇ ਹੱਥ ਜੋੜੇ ਉਹਦੇ ਗੜੀ ਵੀ ਨਾ ਜਾ ਨਾ ਜਾ, ਉਹ ਸਾਡੀ ਉਹਨੇ ਮੰਨੀ ਆ, ਉਹ ਫਿਰ ਜਾ ਕੇ ਤੁਰ ਕੇ ਚੱਲ ਗਿਆ। ਰੁਪਿੰਦਰ ਵੀ ਮੈਨੂੰ ਇਹੋ ਗੱਲ ਕਹਿੰਦੀ ਸੀ, ਮੰਮੀ ਤੁਸੀਂ ਥੋੜ੍ਹੇ ਜਿਹੇ ਝੁਕ ਜਾਓ, ਜੇ ਤੁਸੀਂ ਝੁਕੋਗੇ ਤਾਂ ਤੁਹਾਡਾ ਰਿਸ਼ਤਾ ਬਚਿਆ ਰਹੂਗਾ, ਤੁਹਾਨੂੰ ਕੱਲ੍ਹ ਨੂੰ ਕਿੰਨੇ ਵੇਖਣਾ ਵਾ। ਚੱਲ ਮੈਂ ਵੀ ਤਾਂ ਉਹਦੇ ਕਹਿਣ 'ਤੇ ਜਾਂ ਤੁਹਾਡੇ ਕਹਿਣ 'ਤੇ ਉਹਨੂੰ ਬਥੇਰਾ ਕਿਹਾ ਵੀ ਪੁੱਤ ਰਹਿ ਪਓ ਤੁਸੀਂ, ਲੋਕ ਗੱਲਾਂ ਕਰਦੇ ਆ, ਪਰ ਉਹਨੇ ਤਾਂ ਇੱਕ ਵੀ ਨਹੀਂ ਸੁਣੀ। ਮੇਰੀ ਤਾਂ ਗੱਲ ਹੀ ਦੂਰ ਦੀ ਆ, ਮੇਰੀ ਤਾਂ ਪਹਿਲਾਂ ਵੀ ਨਹੀਂ ਸੁਣਦਾ। ਚੱਲ ਤੁਹਾਡੇ 'ਤੇ ਤਾਂ ਤਰਸ ਕਰਦਾ ਵੀ ਮੇਰਾ ਪਿਓ ਬਣਿਆ ਸੀ, ਮੈਂ ਪਿਓ ਦੀ ਜ਼ਬਾਨ 'ਤੇ ਫੁੱਲ 'ਤੇ ਚੜ੍ਹਾਵਾਂ। ਰਮਨ ਜੇ ਪਿਓ ਸਮਝਦਾ ਤਾਂ ਜਾਂਦਾ ਭਲਾ। ਇੱਕ ਮੇਰਾ ਇਰਾਦਾ ਬਣ ਡਿਆ ਜੇ, ਮੈਂ ਰੁਪਿੰਦਰ ਨੂੰ ਫੋਨ ਕਰਾਂ ਵੀ ਰੁਪਿੰਦਰ ਮੈਨੂੰ ਇੱਕੋ ਗੱਲ ਦੱਸ ਦੇ ਵੀ ਲਵਲੀ ਚਾਹੁੰਦਾ ਕੀ ਆ, ਅਤੇ ਇਹਨੇ ਜਾਣਾ ਕਦੋਂ ਵਾ। ਜਦੋਂ ਆ ਜਾਂਦਾ ਛੁੱਟੀ ਉਦੋਂ ਹੀ ਰੱਟਾ ਪਾ ਕੇ ਬਹਿ ਜਾਂਦਾ ਵਾ, ਕਦੀ ਕਹਿੰਦਾ ਮੈਂ ਪਿੰਡ ਆਉਣਾ ਵਾ, ਕਦੀ ਕਹਿੰਦਾ ਮੈਂ ਜੋਬਨ ਨੂੰ ਸੱਦਣਾ ਵਾ। ਆਹ ਸਾਨੂੰ ਫਾਹੇ ਲਾਤਾ ਵਾ ਮਿੱਤਰਾ, ਬੁਰਕੀ ਰੋਟੀ ਨਹੀਂ ਲੰਘਣ ਡਈ ਮੈਨੂੰ ਤੇ ਸੱਦ ਕੇ ਤੇ ਆਪਣੇ ਕੋਲ ਬਿਠਾ ਲਏ ਫਿਰ ਪੱਕਾ ਹੀ ਗਏ। ਕੋਈ ਗੱਲ ਨਹੀਂ, ਇਹਦਾ ਵੀ ਚਾਰ ਲੱਥੂ ਜੂ ਲਵਲੀ ਦਾ ਵੀ, ਜੇ ਤੁਸੀਂ ਕਹੋ ਤਾਂ ਮੈਂ ਕਰਾਂ ਫੋਨ ਉਹਨੂੰ ਭਲਾ। ਕਰਦੇ ਉਹਨੂੰ, ਉਹਨੂੰ ਆਖੀ ਵੀ ਇਹਨੂੰ ਸਾਡੇ ਮਗਰੋਂ ਲਾ, ਕਦੀ ਮੈਂ ਜੋਬਨ ਨੂੰ ਮਿਲਣਾ, ਕਦੀ ਉਹਨੂੰ ਮੈਂ ਫੋਨ ਕਰਨਾ, ਹਟਦਾ ਹੀ ਨਹੀਂ, ਹਟਦਾ ਹੀ ਨਹੀਂ ਇਹ। ਚੱਲ ਜੇ ਹੁਣ ਰੁਪਿੰਦਰ ਦੀ ਤੇ ਜੋਬਨ ਦੀ ਗੱਲਬਾਤ ਹੁੰਦੀ ਵੀ ਆ ਤੇ ਰੁਪਿੰਦਰ ਨੇ ਉਹਨੂੰ ਸਮਝਾਇਆ, ਉਹਦੇ ਕਿਆ ਹੀ ਸਮਝ ਜਾਂਦਾ ਵੀ ਚੱਲ ਮੇਰੀ ਭੈਣ ਵਾ, ਉਹਦਾ ਵੀ ਘਰ ਵੱਸਦਾ ਰਹੂਗਾ, ਜੇ ਸੱਚਾਈ ਦਾ ਪਤਾ ਲੱਗਾ ਤਾਂ ਪ੍ਰਾਹੁਣਾ ਉਹਨੂੰ ਮਿਹਣੇ ਮਾਰੂਗਾ। ਉਹ ਮਿਹਣੇ ਰਮਨ ਕਿੰਨਾ ਚਿਰ ਇਹਨੇ ਲੁਕਾ ਲੁਕਾ ਰੱਖਣਾ, ਅਕਸਰ ਪਤਾ ਤਾਂ ਉਹਨੂੰ ਲੱਗ ਹੀ ਜਾਣਾ ਵਾ ਵੀ ਇਹ ਕੀ ਗੱਲ ਚੱਲਣ ਡਈ ਇਹਨਾਂ ਦੇ ਘਰ 'ਚ। ਚੱਲ ਫਿਰ ਲੱਗ ਜੂ ਤੇ ਲੱਗ ਜੇ, ਪੜਦੇ ਨਹੀਂ ਜ਼ਿਆਦਾ ਚਿਰ ਰਹਿੰਦੇ ਹੁੰਦੇ, ਪਤਾ ਲੱਗਣਾ ਹੀ ਆ। ਤੇ ਕੋਈ ਗੱਲ ਨਹੀਂ, ਫਿਰ ਹੁਣ ਹਾਰੇ ਦਾ ਨਿਆਂ ਕੀ ਆ। ਅਮਨ ਤੂੰ ਇੱਦਾਂ ਕਰ, ਤੂੰ ਰੁਪਿੰਦਰ ਨੂੰ ਸਮਝਾ ਵੀ ਵੇਖ ਚੰਗਾ ਭਲਾ ਸਾਡਾ ਘਰ ਵੱਸਣ ਡਿਆ ਵਾ, ਠੀਕ ਆ ਕਿ ਨਹੀਂ। ਅਤੇ ਜੇ ਹੁਣ ਨਹੀਂ ਉਹਦੇ ਨਾਲ ਹੱਡੀ ਬਣਦੀ ਤਾਂ ਦੱਸ ਅਸੀਂ ਫਾਹ ਲੈ ਲਈਏ, ਅਤੇ ਜੇ ਤੇਰੇ ਫੋਨ 'ਤੇ ਮੰਨਦਾ ਵਾ ਤਾਂ ਉਹਨੂੰ ਸੱਦ ਲਾ ਇੱਥੇ। ਉਹਦੇ ਫੋਨ 'ਤੇ ਉਹਨੇ ਕਿੱਥੇ ਮੰਨਣਾ ਵਾ, ਉਦਣ ਕੀਰ ਤਾਂ ਕਿਹੜੀ ਸ਼ਰਮ ਦਾ ਕਰਕੇ ਆਇਆ ਸੀ। ਦੂਜੀ ਗੱਲ ਰੁਪਿੰਦਰ ਨੂੰ ਮੈਂ ਇਹ ਗੱਲ ਕਹਿਣੀ ਆ, ਰੁਪਿੰਦਰ ਤੇਰਾ ਚੰਗਾ ਭਲਾ ਘਰ ਵੱਸਿਆ ਵਾ, ਇਹ ਨਾ ਹੋਵੇ ਵੀ ਜੋ ਬੰਦਾ ਕਰਕੇ ਤਾਂ ਆਪਣੇ ਘਰ ਵਿੱਚ ਖਲਾਰਾ ਪਾ ਕੇ ਬਹਿ ਜੇ, ਮੁੜ ਕੇ ਸਾਡੇ ਕੋਲ ਨਹੀਂ ਉਹ ਘੜੀ ਘੜੀ ਆਇਆ ਜਾਣਾ। ਚੱਜ ਦਾ ਤੈਨੂੰ ਘਰ ਬਾਹਰ ਲੱਭ ਕੇ ਦਿੱਤਾ ਵਾ, ਤਾਂ ਲਵਲੀ ਨੂੰ ਆਪ ਹੀ ਸਮਝਾ ਲਾ
ਵੀ ਉਹ ਆਪਣੇ ਘਰ ਬੜਾ ਵਧੀਆ ਹੱਸਣ ਵਸਣ ਰਹੇ ਆ ਤੇ ਤੂੰ ਉਹਨਾਂ ਦੀ ਗੱਲ ਦੇ ਵਿੱਚ ਦਖਲ ਅੰਦਾਜ਼ੀ ਨਾ ਬਹੁਤੀ ਕਰ। ਰਮਨ ਮੈਨੂੰ ਤੇ ਸਮਝ ਨਹੀਂ ਆਉਂਦੀ, ਪਹਿਲੋਂ ਜੋਬ ਨੇ ਇੱਥੇ ਤੇ ਤਾਂ ਕਲੇਸ਼ ਸੀ ਤੇ ਜੇ ਉਹ ਘਰੋਂ ਨਿਕਲਿਆ ਵਾ ਤੇ ਹੁਣ ਲਵਲੀ ਨੇ ਕਲੇਸ਼ ਪਾਤਾ, ਹੁਣ ਇਹਨੂੰ ਬੰਦਾ ਸਮਝਾਇਆ ਵੀ ਕੀ ਕਰੀਏ ਦੱਸ ਅਸੀਂ। ਚੱਲ ਕੋਈ ਗੱਲ ਨਹੀਂ, ਮੈਂ ਵੀ ਇਹੋ ਸੋਚਿਆ ਸੀ ਵੀ ਚੱਲ ਰੁਪਿੰਦਰ ਦੇ ਕਹਿਣ 'ਤੇ ਭਾਵੇਂ ਉਹ ਆ ਗਿਆ ਸੀ, ਚੱਲ ਬਲਾ ਸਾਡੇ ਕੋਲੋਂ ਲੱਥ ਗਈ, ਮਿਲ ਗਏ ਲਿਆ, ਪਰ ਉਹਨੇ ਤਾਂ ਜਾਂਦੇ ਨੇ ਫਿਰ ਫੋਨ ਕਰਾਤਾ ਵੀ ਹੁਣ ਜੋਬਨ ਇੱਥੇ ਆਵੇ, ਮੈਨੂੰ ਸਮਝ ਨਹੀਂ ਆਉਣ ਡਈ। ਚੱਲ ਤੁਸੀਂ ਫਿਕਰ ਨਾ ਕਰੋ, ਮੈਂ ਜਾ ਕੇ ਨਾ ਰੁਪਿੰਦਰ ਨਾਲ ਗੱਲ ਕਰਦੀ ਹਾਂ, ਫਿਰ ਤੁਹਾਨੂੰ ਦੱਸੂਗੀ ਵੀ ਉਹ ਗਾੜੀਓਂ ਕੀ ਆਉਂਦੀ ਆ। ਰਮਨ ਮਾਂ ਪਿਓ ਅਸੀਂ, ਸਾਨੂੰ ਤਾਂ ਕਹਿੰਦਾ ਨਹੀਂ ਵੀ ਤੁਸੀਂ ਆਓ, ਉਹਨੂੰ ਜੋਬਨ ਨੂੰ ਸੱਦੋ, ਜੋਬਨ ਨੂੰ ਸੱਦੋ, ਕੀ ਉਹਨੇ ਵਾਲਾ ਪਾਉਣਾ ਕਰਨ 'ਚ ਇਹਦੇ 'ਚ? ਮੈਨੂੰ ਹੁਣ ਕੀ ਪਤਾ ਵੀ ਇਹਨਾਂ ਦੋਵਾਂ ਜਾਣਿਆਂ ਵਿੱਚ ਕਿਹੜੀਆਂ ਗੱਲਾਂ ਹੁੰਦੀਆਂ ਵਾ, ਕੋਈ ਨਹੀਂ ਮੈਨੂੰ ਇੱਕ ਵਾਰ ਫੋਨ ਕਰ ਲੈਣ ਦਿਓ, ਫਿਰ ਪਤਾ ਲੱਗ ਜੂ ਸਾਰੀ ਗੱਲ ਦਾ। ਕਰਕੇ ਤਾਂ ਦੱਸੀ ਮੈਨੂੰ, ਚੰਗਾ ਚੰਗਾ। ਤੈਨੂੰ ਤਾਂ ਆਪ ਨਹੀਂ ਸਮਝ ਆਉਣ ਡਈ ਵੀ ਕੀ ਕਰਾਂ, ਇੱਕ ਪਵਾੜਾ ਮੁੱਕਦਾ ਤੇ ਦੂਜਾ ਪੈ ਜਾਂਦਾ ਵਾ, ਇਹਨੇ ਕੀ ਲਵਲੀ ਨੇ ਲੈਣਾ ਉਹਦੇ ਕੋਲ ਜੋਬਨ ਕੋਲ, ਪਰ ਇਹ ਗੋਲੀ ਮਾਰ ਨਹੀਂ ਆਉਂਦਾ ਤੇ ਨਹੀਂ ਸਹੀ। ਮੈਂ ਤਾਂ ਜੇ ਰੋਟੀ ਵੀ ਖਾਣੀ ਆ, ਰੋਟੀ ਬਾਅਦ 'ਚ ਖਾਣੀ ਆ, ਪਹਿਲਾਂ ਰੁਪਿੰਦਰ ਨਾਲ ਗੱਲ ਕਰ ਹੀ ਲੈਂਦੀ ਹਾਂ, ਮੈਨੂੰ ਇਹ ਗੱਲ ਹਜ਼ਮ ਨਹੀਂ ਹੋਣ ਡਈ, ਇੰਨਾ ਤੰਗ ਕਰ ਮਾਰਿਆ ਵਾ ਇਹਨਾਂ ਨੇ ਮੈਨੂੰ। ਹੈਲੋ, ਸਤਿ ਸ਼੍ਰੀ ਅਕਾਲ, ਹੋਰ ਰੁਪਿੰਦਰ ਕੀ ਹਾਲ ਚਾਲ ਆ? ਵਧੀਆ ਵਧੀਆ, ਤੁਸੀਂ ਸੁਣਾਓ ਆਪਣਾ? ਹਾਂ ਅਸੀਂ ਵੀ ਠੀਕ ਠਾਕ ਵਧੀਆ, ਕੀ ਕਰਨ ਡਈ ਸੀ? ਕੁਛ ਨਹੀਂ ਕਰਨਾ ਸੀ, ਬਸ ਵਿਹਲੇ ਹੀ। ਘਰ ਪਰਿਵਾਰ ਠੀਕ ਠਾਕ ਆ? ਵਧੀਆ ਵਧੀਆ, ਸਭ ਠੀਕ ਠਾਕ ਨੇ, ਤੁਸੀਂ ਦੱਸੋ ਕੀ ਬਣਨ ਦੇ ਆ? ਕੁਛ ਨਹੀਂ, ਮੈਂ ਵੀ ਨਿੱਕੇ ਮੋਟੇ ਕੰਮ ਕਰਕੇ ਹਟੀ ਹੋ ਤੇ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ। ਗੱਲ ਕਰਨੀ, ਦੱਸੋ। ਵੇਖ ਰੁਪਿੰਦਰ, ਪਹਿਲਾਂ ਲਵਲੀ ਆਉਂਦਾ ਸੀ ਵੀ ਅਸੀਂ ਜੋਬਨ ਨੂੰ ਮਿਲਣ ਜਾਣਾ ਵਾ। ਹਾਂਜੀ, ਮੈਂ ਤੇਰੇ ਕਹਿਣ ਤੇ ਉਹਦੇ ਪਿੰਡ ਵੀ ਗਈ, ਤਰਲੇ ਵੀ ਕੱਢੇ ਅਸੀਂ ਵੀ ਆ ਜਾ, ਨਹੀਂ ਆਇਆ ਉਹ। ਹਾਂਜੀ, ਚੱਲ ਤੂੰ ਮੈਨੂੰ ਨਹੀਂ ਪਤਾ ਵੀ ਫੋਨ ਕੀਤਾ ਜਾਂ ਮੈਸੇਜ ਕੀਤਾ, ਤੇਰੇ ਕਹਿਣ ਤੇ ਉਹ ਆ ਗਿਆ। ਹੁਣ ਲਵਲੀ ਕਹਿਣ ਡਿਆ ਵੀ ਸਾਡੇ ਕੋਲ ਆ ਵੀ। ਹਾਂਜੀ, ਕੱਲ ਨੂੰ ਲਵਲੀ ਹੋਰ ਕੋਈ ਕੰਮ ਕਹੂਗਾ ਤੇ ਪੁੱਤ ਇਦਾਂ ਅਸੀਂ ਕਿੱਦਾਂ ਉਹਦੇ ਤਰਲੇ ਕੱਢਣੇ ਆ, ਤੂੰ ਆਪ ਸਿਆਣੀ ਆ। ਤੇ ਕੋਈ ਗੱਲ ਨਹੀਂ, ਫਿਰ ਕੀ ਆ, ਮੈਂ ਜੇ ਆਉਣਾ ਵਾ ਤੇ ਕੋਈ ਗੱਲ ਨਹੀਂ, ਆ ਜਾਈਏ। ਆ ਜੇ, ਪਰ ਸਾਨੂੰ ਇਹਦੇ ਵਿੱਚ ਕੋਈ ਤੰਗੀ ਨਹੀਂ ਗੀ ਵੀ ਜੋਬਨ ਤੁਹਾਡੇ ਕੋਲ ਆਵੇ, ਪਰ ਅਸੀਂ ਨਹੀਂ ਉਹਨੂੰ ਕਹਿਣਾ, ਤੁਸੀਂ ਆਪੇ ਆਪਣੇ ਹਿਸਾਬ ਨਾਲ ਉਹਨੂੰ ਕਹਿ ਲਓ। ਤੇ ਨਾਲੇ ਇੱਕ ਗੱਲ ਹੋਰ ਵਾ, ਅੱਜ ਤਾਂ ਤੁਹਾਡੇ ਕੋਲ ਉਹਨੂੰ ਕਹਿਣ ਡਿਆ ਵਾ ਵੀ ਸਾਡੇ ਘਰ ਆਵੇ, ਕੱਲ੍ਹ ਨੂੰ ਫਿਰ ਕਹੂਗਾ ਵੀ ਮੰਮੀ ਹੁਣੀ ਉਹਨੂੰ ਲੈ ਕੇ ਆਉਣ, ਉਹ ਕਿੱਥੇ ਗਿਆ ਵਾ, ਪੁੱਤ ਲਵਲੀ ਸਾਬਤ ਕੀ ਕਰਨਾ ਚਾਹੁੰਦਾ ਵਾ? ਮੰਮੀ ਸਾਬਤ ਕਰਨ ਵਾਲੀ ਕਿਹੜੀ ਗੱਲ ਵਾ? ਘੜੀ ਘੜੀ ਤਾਂ ਕਹਿੰਦਾ ਵਾ, ਕਦੀ ਕੋਈ ਗੱਲ ਕਦੀ ਕੋਈ ਗੱਲ, ਅਸੀਂ ਤਾਂ ਫਿਕਰਾਂ 'ਚ ਪਏ ਹਾਂ ਦੋਵੇਂ ਜਾਣੇ। ਮੰਮੀ ਉਦਾਂ ਹੀ ਪੁੱਛਦਾ ਵਾ, ਤਾਂ ਪੁੱਛਣ ਦਾ ਤਾਂ ਫਰਜ਼ ਬਣਦਾ ਵਾ, ਤੁਸੀਂ ਤੇ ਜਾਣ ਕੇ ਐਵੇਂ ਦੂਜੇ ਪਾਸੇ ਗੱਲਾਂ ਲੈ ਜਾਂਦੇ ਆ। ਉਹ ਤਾਂ ਫਰਜ਼ ਕਾਹਦਾ ਬਣਦਾ ਵਾ, ਤੁਸੀਂ ਉਹਨੂੰ ਪਹਿਲਾਂ ਜਾਣ ਹੀ ਕੱਲ ਹੀ ਦਿੱਤਾ ਸੀ, ਤੁਹਾਨੂੰ ਪਤਾ ਵੀ ਜੇ ਮਹਾਂ ਹੁਣ ਘਰ ਆਇਆ ਸੀ ਤੇ ਤੁਸੀਂ ਉਹਦੇ ਤਰਲਾ ਮਿੰਤਾ ਕਰਕੇ ਤੇ ਉਹਨੂੰ ਘਰ ਰੱਖਦੇ ਹਾਂ, ਤੁਸੀਂ ਫੇਰ ਉਹਨੂੰ ਭੇਜਤਾ? ਨਹੀਂ, ਤੇਰੀ ਗੱਲ ਤੇ ਉਹਦੇ ਨਾਲ ਫੋਨ ਤੇ ਹੁੰਦੀ ਆ, ਤੂੰ ਹੀ ਕਰਕੇ ਪੁੱਛ ਲੈ ਕਿ ਉਹਨਾਂ ਨੇ ਤਰਲੇ ਮਿੰਤਾ ਕੀਤੇ ਕਿ ਨਹੀਂ ਕੀਤੇ। ਮੈਂ ਤਾਂ ਫਿਰ ਲਾਉਂਗੀ, ਮੈਂ ਤਾਂ ਫਿਰ ਕਰਨਾ ਹੀ ਆ ਕੁਛ ਨਾ ਕੁਛ, ਤੇ ਪਰ ਤੁਸੀਂ ਨਾ ਕੁਛ ਵੀ ਕਰਿਓ। ਕੀ ਪਤਾ ਮੰਮੀ ਜੀ, ਪਹਿਲਾਂ ਐਵੇਂ ਇੰਨੀਆਂ ਗੱਲਾਂ ਬਾਤਾਂ ਕਰ ਲਈਆਂ ਵਾ, ਚੱਲ ਕਿ ਉਦੋਂ ਵੀ ਬੰਦਾ ਥੋੜਾ ਹਿਸਾਬ ਨਾ ਰਵੇ ਨਾ, ਪਤਾ ਤੇ ਹੁੰਦਾ ਹੀ ਆ ਵੀ ਘਰ ਦੇ ਵਿੱਚ ਜੀ ਦੀ ਲੋੜ ਤੇ ਹੁੰਦੀ ਹੁੰਦੀ ਆ, ਕਿੰਨਾ ਕੁ ਟਾਈਮ ਇੱਦਾਂ ਕੱਢਣਾ ਵਾ। ਤੇਰੀ ਗੱਲ ਸੁਣ, ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਚਾਹੁੰਦੀ, ਤੈਨੂੰ ਘਰ ਬਾਰ ਵਧੀਆ ਲੱਭ ਕੇ ਦਿੱਤਾ, ਪਰਿਵਾਰ ਤੈਨੂੰ ਵਧੀਆ ਲੱਭ ਕੇ ਦਿੱਤਾ, ਹੁਣ ਘਰ ਤੂੰ ਆਪਣਾ ਆਪ ਸੰਭਾਲਣਾ ਵਾ, ਜੇ ਕੱਲ ਨੂੰ ਤੇਰੇ ਘਰ ਵਿੱਚ ਕੋਈ ਖਲਾਰਾ ਪੈ ਗਿਆ ਨਾ ਤੇ ਅਸੀਂ ਕੁਝ ਨਹੀਂ ਕਰ ਸਕਦੇ, ਲਵਲੀ ਨੂੰ ਤੂੰ ਸਮਝਾ ਲਓ ਤੇ ਚੰਗੀ ਰਹੇਗੀ। ਖਲਾਰਾ ਮੰਮੀ ਜੀ ਕਦਾ ਪੈਣਾ, ਉਹ ਤਾਂ ਮੈਂ ਜਦ ਸਾਂਭਣੀ ਦਈ ਹਾਂ, ਜਿਹੜਾ ਮਾੜੀ ਮੋਟੀ ਕੋਈ ਗੱਲਬਾਤ ਹੋ ਜਾਂਦੀ ਆ
ਪਰ ਇਹ ਵੀ ਗੱਲਾਂ ਬਾਤਾਂ ਇਧਰੋਂ ਜੇ ਕੋਈ ਹੋਈ ਤਾਂ ਹੋਣੀ ਆ, ਇਧਰੋਂ ਨੀ ਕੋਈ ਵੀ ਹੋਣੀ। ਇਧਰੋਂ ਗੱਲ ਕਰਦੀ ਹੋਣੀ ਆ, ਜੋ ਬੰਦੇ ਇੱਥੇ ਹੈ ਨੀ, ਅਸੀਂ ਦੋਵੇਂ ਜਾਣੇ ਹੈਗੇ ਆ, ਸਾਡਾ ਨਾ ਫੋਨ ਚੁੱਕਦਾ ਤੇ ਨਾ ਸਾਡੀ ਫੋਨ ਤੇ ਗੱਲ ਹੁੰਦੀ, ਜੋ ਵੀ ਗੱਲ ਹੁੰਦੀ ਤੇਰੇ ਨਾਲ ਹੀ ਉਹਦੀ ਹੁੰਦੀ। ਚਲੋ ਠੀਕ ਆ ਫਿਰ। ਹਾਂ ਚੱਲ ਠੀਕ ਆ, ਚੰਗਾ। ਦੱਸ ਮੰਮੀ ਵੀ ਹੱਦੀ ਕਰੀ ਜਾਣਦੇ ਆ, ਦੱਸ ਇਹਨਾਂ ਦਾ ਭਲਾ ਕੀ ਕਸੂਰ ਵਾ ਇਹਦੇ ਵਿੱਚ? ਘਰ ਉਹ ਗੱਲ ਤੁਹਾਡੀ ਹੋਈ ਆ ਤੇ ਇਹਨੇ ਇਹ ਵਿੱਚ ਐਵੇਂ ਘਸੀਟੀ ਜਾਂਦੇ ਇਹਨਾਂ ਨੂੰ ਵੀ, ਇਹ ਇਹਨੇ ਗੱਲ ਕੀਤੀ ਆ, ਇਹਨੇ ਗੱਲ ਕੀਤੀ। ਦੱਸ ਉਹ ਪੁੱਛੇ ਉਹਨਾਂ ਨੇ, ਤੁਹਾਨੂੰ ਪੁੱਛਣਾ ਹੀ ਆ ਜੋਬਨ ਵੱਲੋਂ ਵੀ, ਚਾਹੇ ਹੁਣ ਆਉਣ ਜਾਣ ਵੱਲੋਂ ਤਾਂ ਕਹਿਣਾ ਹੀ ਹੁੰਦਾ ਅਗਲੇ ਬੰਦੇ ਨੂੰ, ਜੇ ਕੋਈ ਨਾ ਪੁੱਛੇ ਫਿਰ ਵੀ ਅਗਲੇ ਨੇ ਗੁੱਸਾ ਕਰਨਾ ਵੀ ਲੈ ਮੈਨੂੰ ਕਿਹੜਾ ਕਿਸੇ ਨੇ ਕਿਹਾ ਆਉਣ ਵੱਲੋਂ। ਵੇਖ ਲਾ ਮੈਨੂੰ ਪਤਾ ਵਾ ਵੀ ਇੰਨਾ ਕੁਛ ਹੋ ਗਿਆ ਵਾ ਤੇ ਦੁਬਾਰਾ ਘਰ ਸੰਭਾਲਣਾ ਕਿੰਨਾ ਔਖਾ ਵਾ, ਪਰ ਮੰਮੀ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਆ, ਇਹਨਾਂ ਨੂੰ ਸਮਝ ਹੀ ਨਹੀਂ ਆਉਂਦੀ। ਫਿਰ ਉਲਟਾ ਕਸੂਰ ਸਾਡਾ ਕੱਢੀ ਜਾਂਦੇ ਆ, ਤੁਹਾਡਾ ਹੀ ਕਸੂਰ ਵਾ, ਆਪ ਫਿਰ ਚੰਗੇ ਬਣੀ ਜਾਂਦੇ ਆ। ਪਤਾ ਨਹੀਂ ਵੀ ਇਹਨਾਂ ਹਾਲੇ ਗੜੀ ਕੀ ਕਰਨਾ ਤੇ ਕੀ ਨਹੀਂ ਕਰਨਾ, ਇਹ ਤਾਂ ਹੁਣ ਇਹਨਾਂ ਨੂੰ ਪਤਾ ਹੋਊ। ਉੱਦਾਂ ਨਾ ਮੇਰੇ ਮਨ ਦੇ ਵਿੱਚ ਇੱਕ ਗੱਲ ਆਉਂਦੀ ਆ ਵੀ ਇੱਦਾਂ ਕਰਦੀ ਆ ਵੀ ਇਹਨਾਂ ਨੂੰ ਸਮਝਾਉਂਦੀ ਆ, ਜੇ ਜੋਬਨ ਨੂੰ ਫੋਨ ਇਹਨਾਂ ਨੇ ਲਾ ਦਿੱਤਾ ਨਾ ਤੇ ਜੇ ਜੋਬਨ ਫਿਰ ਬਾਅਦ ਵਿੱਚ ਨਾ ਆਇਆ ਤੇ ਇਹਨਾਂ ਫਿਰ ਪੁੱਛਣਾ ਵਾ ਵੀ ਜੋਬਨ ਹੁਣ ਕਿੱਥੇ ਗਿਆ ਵਾ, ਹੁਣ ਆਉਣ ਗਿਓ ਨਹੀਂ ਦਿਆ। ਇੱਦਾਂ ਕਰਦੀ ਸਮਝਾ ਕੇ ਵੇਨੀ ਇਹਨਾਂ ਨੂੰ, ਜੇ ਤਾਂ ਸਮਝ ਜਾਣਗੇ। ਹਰਪਿੰਦਰ ਕੱਲੀ ਨਹੀਂ ਆ ਗੱਲਾਂ ਕਰਨ ਫੋਨ ਆਉਂਦੇ ਆ ਕਿਦਾਂ? ਨਹੀਂ ਨਹੀਂ ਫੋਨ ਤਾਂ ਨਹੀਂ ਕਿਸੇ ਦਾ ਵੀ ਆਉਂਦਿਆ, ਬਸ ਓਦਾਂ ਹੀ ਇੱਥੇ ਬੈਠੀ ਅੰਦਰ ਹੀ। ਅੱਛਾ ਅੱਛਾ, ਤੇ ਉਹ ਕਿੱਦਾਂ ਜੋਬਨ ਕੀ ਆਉਂਦਾ? ਜੋਬਨ ਨੇ ਕੀ ਕਹਿਣਾ ਵਾ? ਆਹੋ ਉਹ ਨਾ ਤੁਹਾਨੂੰ ਪਤਾ ਥੋੜਾ ਜਿਹਾ ਕੰਮ ਜਿਹਾ ਵਾ ਉਹਨਾਂ ਨੂੰ। ਕੰਮ ਕਾਹਦਾ ਵਾ? ਭਾਬੀ ਜੋਤ ਡੇ ਨਾ ਨੌਕਰੀ ਨੌਕਰੀ ਦਾ ਕੰਮ ਦੇ ਹੀ ਵੇਖਣ, ਤੇ ਉਹਨਾਂ ਨੂੰ ਜਾਣਾ ਪੈਂਦਾ ਵਾ ਉੱਥੇ। ਓਏ ਆਹੋ ਉਦਨ ਵੀ ਕਹਿਣ ਡਿਆ ਟੈਸਟ ਟੁਸਟ ਜਿਹਾ ਉਹਦਾ ਆਉਣ ਵਾਲਾ ਵਾ ਲੱਗੇ ਹੀ। ਉਹ ਤੀਜੇ ਚੌਥੇ ਦਿਨ ਉਹਨਾਂ ਨੂੰ ਸੱਦਦੇ ਆ। ਅੱਛਾ, ਤੇ ਹੁਣ ਵੀ ਉਹਨਾਂ ਜਾਣਾ ਵਾ ਉੱਥੇ ਤੇ ਹੁਣ ਇਦਾਂ ਆਖਣ ਡਿਆ ਸੀ ਵੀ ਮੁਸ਼ਕਲ ਜੀ ਆ। ਉਹ ਚੱਲ ਕੋਈ ਗੱਲ ਨਹੀਂ, ਟੈਸਟ ਕਿਹੜਾ ਰੋਜ਼ ਤੁਰਿਆ ਵਾ, ਜਿੱਦਣ ਟੈਸਟ ਹੋਊਗਾ ਉਦਨ ਦੇ ਕੇ ਤੇ ਆ ਜਾਣਗੇ। ਪਰ ਤੁਸੀਂ ਨਹੀਂ ਨਾ ਸਮਝਣਦੇ, ਹੁਣ ਘਰ ਦਾ ਕੰਮ ਵੀ ਵੇਖਣਾ ਪੈਂਦਾ ਵਿਚਾਰੇ ਨੂੰ ਨਾਲ, ਤੇ ਉਹਦੇ ਨਾਲ ਵੀ ਜਾਣਾ ਪੈਂਦਾ ਵਾ, ਤੇ ਨਾਲੇ ਤੁਹਾਨੂੰ ਪਤਾ ਜਦੋਂ ਨੌਕਰੀ ਦਾ ਕੰਮ ਹੋਵੇ ਨਾ ਲੱਭਣਾ ਬਹੁਤ ਔਖਾ ਵਾ। ਉਹ ਚੱਲ ਕੋਈ ਗੱਲ ਨਹੀਂ, ਮੈਂ ਉਹਨੂੰ ਆਪ ਫੋਨ ਕਰਕੇ ਪੁੱਛ ਲੈਂਦਾ ਕੀ ਆਉਂਦਾ ਵਾ ਭਲਾ। ਦੱਸ ਮੈਂ ਪੁੱਛਿਆ ਤਾਂ ਹੈਗਾ, ਜਾਂ ਤਾਂ ਹੋਏ ਵੀ ਮੈਂ ਪੁੱਛਿਆ ਨਹੀਂ ਆ। ਉਹ ਚੱਲ ਉਦਾਂ ਫੋਨ ਲਾ ਕੇ ਪੁੱਛ ਲੂੰਗਾ। ਇੱਦਾਂ ਪਰੇਸ਼ਾਨੀ ਹੁੰਦੀ ਅਗਲੇ ਨੂੰ ਵੀ, ਤੁਸੀਂ ਆਪ ਸਿਆਣੇ ਆ, ਤੁਸੀਂ ਖੁਦ ਹੀ ਸਮਝੋ। ਹਾਂ ਹੁਣ ਜਦੋਂ ਤੁਸੀਂ ਜੋਬ ਦਾ ਪਤਾ ਕਰਦੇ ਸੀ ਤੇ ਕਦੀ ਇੱਧਰ ਜਾਣਾ ਪੈਂਦਾ ਕਦੀ ਉੱਧਰ, ਕਈ ਥਾਵਾਂ 'ਤੇ ਪੇਪਰ ਦੇਣੇ ਹੁੰਦੇ ਆ, ਤੇ ਉੱਧਰੋਂ ਤੁਸੀਂ ਇੱਦਾਂ ਵਾਰ ਵਾਰ ਫੋਨ ਕਰੀ ਜਾਓਗੇ, ਉਹਦਾ ਸਗੋਂ ਧਿਆਨ ਹੋ ਜਾਣਾ। ਪਤਨੀ ਭਾਅ ਜੀ ਕਿਉਂ ਡਏ ਵਾਰ ਵਾਰ ਕਹਿਣ? ਉਹ ਕੋਈ ਗੱਲ ਨਹੀਂ, ਮੈਂ ਉਹਨੂੰ ਆਪਣੇ ਤੌਰ 'ਤੇ ਸਮਝਾ ਲਊਂਗਾ, ਤੂੰ ਕਾਹਦੀ ਟੈਨਸ਼ਨ ਲੈਣ ਦੀ? ਮੈਂ ਕਿਹੜਾ ਉਹਨੂੰ ਕਹਿਣ ਡਿਆ ਵਾ ਵੀ ਹੁਣੇ ਆ ਜਾਇਓ। ਚੱਲ ਵੇਖ ਲਓ ਫਿਰ ਮਰਜ਼ੀ ਆਪਣੀ, ਮੇਰਾ ਤਾਂ ਸਮਝਾਉਣ ਨਹੀਂ। ਉਹ ਤੂੰ ਜਾ ਕੰਮ ਧੰਦਾ ਵੇਖ ਲੈ ਕੋਈ ਰਸੋਈ 'ਚ, ਮੈਂ ਆਪੇ ਫੋਨ ਕਰ ਲੈਂਦਾ ਉਹਨੂੰ। ਚੱਲ ਵੇਖ ਲਓ। ਕਿੱਦਣ ਦਾ ਦੱਸ ਮੈਂ ਲਿਆ ਐਵੇਂ ਬਹਾਨੇ ਮਾਰੀ ਜਾਣ ਡੀ। ਚੱਲ ਕੋਈ ਗੱਲ ਨਹੀਂ, ਉਹਨੂੰ ਮੈਂ ਆਪ ਫੋਨ ਕਰ ਲੈਂਦਾ, ਦੱਸ ਉਹਦੀ ਵੀ ਜ਼ਿੰਦਗੀ ਸੁਧਰ ਜੂਗੀ। ਇੱਥੇ ਹੁਣ 10,000 ਤਾਂ ਲੱਗਾ, ਉੱਥੇ 30,000 ਮਿਲਣਾ ਇਹੋ ਕੰਮ ਦਾ ਹੀ, 30 ਤੋਂ ਡਬਲ ਵੱਧ ਹੀ ਮਿਲੂਗਾ, ਘੱਟ ਨਹੀਂ ਮਿਲਦਾ। ਚੱਲ ਕੋਈ ਗੱਲ ਨਹੀਂ, ਉਹਨੂੰ ਫੋਨ ਲਾਉਣਾ ਜੇ ਤਾਂ ਚੁੱਕ ਲੂਗਾ ਤੇ। ਇਹ ਤਾਂ ਹੁਣ ਵਾਰ ਵਾਰ ਇੱਕੋ ਗੱਲ ਕਰੀ ਜਾਂਦੇ ਆ, ਅਤੇ ਜੇ ਹੁਣ ਇਹਨਾਂ ਨੇ ਕਿਤੇ ਜੋਬਨ ਨੂੰ ਫੋਨ ਲਾ ਲਿਆ ਤਾਂ ਉਹਨੇ ਗੜੀ ਜੇ ਚੁੱਕ ਲਿਆ ਤਾਂ ਫਿਰ ਕੀ ਬਣੂਗਾ? ਉਹਨੇ ਕਹਿ ਦੇਣਾ ਮੈਂ ਤਾਂ ਘਰ ਹੈ ਨਹੀਂ ਆ, ਹੁਣ ਕਿੱਦਾਂ ਕਰਾਂ ਕੀ ਕਰਾਂ? ਇੱਕ ਤਾਂ ਮੈਂ ਇਰਾਦਾ ਬਣਦਾ ਮੈਂ ਆਪ ਨਾ ਜੋਬਨ ਨੂੰ ਫੋਨ ਕਰਾਂ, ਭਲਾ ਕੀ ਪਤਾ ਚੁੱਕ ਹੀ ਲਵੇ, ਭਲਾ ਕਰਕੇ ਵੀ ਨਹੀਂ ਆ।
ਫਿਰ ਕੀ ਕਰਨ ਦੇ ਆ? ਕੁਝ ਨਹੀਂ, ਭਾਂਡੇ ਪਏ ਦੋ ਕੇ ਸਾਫ ਕਰ ਲਾਂ ਮੈਂ ਕਿਹਾ। ਅੱਛਾ ਅੱਛਾ, ਤੇ ਮੈਂ ਤੇਰੇ ਵਾਲੀ ਚੱਲਣੀ ਸੀ। ਮੈਂ ਕਰ ਲੈਣੇ ਆ ਪਈ, ਕੋਈ ਗੱਲ ਨਹੀਂ। ਤੇ ਮੈਂ ਤੇਰੇ ਵਾਲੀ ਚੱਲੀ ਸੀ। ਮੇਰੇ ਵੱਲ ਕੰਮ ਹੀ ਕੋਈ? ਆਹੋ, ਥੋੜਾ ਜਿਹਾ ਕੰਮ ਹੀ। ਤੇ ਅੱਛਾ ਅੱਛਾ, ਮੈਂ ਕਹਿਣ ਦੀ ਚੱਲ ਖਰਚੇ ਖੁਰਚੇ ਤੇ ਹੁਣ ਬਥੇਰੇ ਹੋ ਗਏ ਆ, ਤੇ ਘਰ ਦਾ ਸਮਾਨ ਸਮੂਨ ਥੋੜਾ ਜਿਹਾ ਬਣਾਉਣ ਵਾਲਾ ਵਾ। ਹਾਂਜੀ, ਤੇ ਆਪਾਂ ਦੋਵਾਂ ਨੇ ਰਲ ਕੇ ਹੀ ਬਣਾਉਣਾ ਹੁਣ। ਠੀਕ ਆ, ਕੋਈ ਗੱਲ ਨਹੀਂ ਦੀਦੀ, ਕਿਹੜੀ ਚੀਜ਼ ਲੈਣ ਵਾਲੀ ਕੋਈ ਨਹੀਂ, ਲੈਵਾਂਗੇ ਜਾ ਕੇ। ਆਹੋ, ਪੁੱਛ ਲੈਂਦੇ ਹਾਂ ਇਹਨਾਂ ਨੂੰ, ਕਰ ਲੈਂਦੇ ਸਲਾਹ। ਇਹਨਾਂ ਨੇ ਥੋੜ੍ਹੀ ਕਹਿਣਾ ਵਾ ਕਿ ਤੁਸੀਂ ਲਿਆ ਕੇ ਦਿਓ। ਹਾਂਜੀ ਹਾਂਜੀ, ਆਪਾਂ ਹੀ ਲਿਆਉਣੀ ਜਾ ਕੇ। ਠੀਕ ਆ, ਨਹੀਂ ਕੋਈ ਨਹੀਂ, ਤੁਸੀਂ ਵੇਖ ਲਓ ਜਿਹੜੀ ਚੀਜ਼ ਲਿਆਉਣ ਵਾਲੀ ਆ, ਤੇ ਫਿਰ ਕੋਈ ਨਹੀਂ ਕਰ ਲੈਂਦੇ ਸਲਾਹ ਇਹਨਾਂ ਨਾਲ ਬਹਿ ਕੇ। ਆਹੋ, ਇਹ ਤੇ ਗੱਲ ਹੈ ਵਾ। ਹਾਂਜੀ, ਇਹਨਾਂ ਪੁੱਛਣਾ ਵੀ ਇਹਨਾਂ ਨੂੰ ਬਣਦਾ, ਇਹਨਾਂ ਨੇ ਪੈਸੇ ਦੇਣੇ ਆ। ਆਹੋ, ਇਹ ਤੇ ਗੱਲ ਸਹੀ ਆ। ਤੇ ਚੱਲ ਕੋਈ ਨਹੀਂ, ਫਿਰ ਜਾ ਕੇ ਲੈਵਾਂਗੇ ਜੋ ਲਿਆਉਣਾ ਵਾ। ਆਹੋ, ਠੀਕ ਆ। ਜਪਿੰਦਰ, ਤੈਨੂੰ ਤੇ ਹੁਣ ਪਤਾ ਹੀ ਆ ਕਿ ਆਪਾਂ ਹੀ ਹੁਣ ਸੇਵਿੰਗ ਕਰਨੀ ਆ। ਠੀਕ ਆ, ਕਿੰਨਾ ਔਖਾ ਉਹ ਕਮਾਉਣ ਡੇ ਆ, ਸਾਨੂੰ ਕਿਹੜਾ ਇੱਥੇ ਕੋਈ ਸਮਝਾਉਣ ਵਾਲਾ ਹੈਗਾ ਵਾ, ਆਪਾਂ ਦੋਵੇਂ ਹੀ ਆ। ਹਾਂਜੀ ਦੀਦੀ, ਨਹੀਂ ਗੱਲ ਤੇ ਤੁਹਾਡੀ ਬਿਲਕੁਲ ਠੀਕ ਵਾ, ਸਾਨੂੰ ਹੀ ਹੁਣ ਸਮਝਣਾ ਪੈਣਾ ਆ। ਜੇ ਹੁਣ ਸੱਸ ਮਾਂ ਹੁੰਦੀ ਸਿਰ ਤੇ, ਉਹ ਸਾਨੂੰ ਸਮਝਾਉਂਦੀ ਵੀ ਨਹੀਂ ਪੁੱਤ ਆਹ ਕੰਮ ਇੱਦਾਂ ਕਰਨਾ ਵਾ, ਇਹ ਹੁਣ ਆਪਣੇ ਦਿਮਾਗ ਤੋਂ ਸਾਨੂੰ ਕੰਮ ਲੈਣਾ ਪੈਣਾ ਵਾ। ਹੁਣ ਵੇਖੋ ਦੀਦੀ, ਇਹ ਵੀ ਹੁਣ ਜਾਵੇ ਚੰਡੀਗੜ੍ਹ ਨੌਕਰੀ ਕਰਨ ਦੇ ਇੰਨੀ ਦੂਰ, ਹਫ਼ਤੇ ਬਾਅਦ ਇਹਨਾਂ ਨੇ ਆਉਣਾ ਹੁੰਦਾ ਘਰੇ, ਅਤੇ ਭਾਅ ਜੀ ਵਿਚਾਰੇ ਵੀ ਘਰੋਂ ਦੇ ਬਘਰ ਹੋਏ ਰਹਿੰਦੇ ਸਾਰਾ ਦਿਨ, ਅਤੇ ਅਸੀਂ ਹੀ ਹਾਂ ਹੁਣ ਜਿਨ੍ਹਾਂ ਨੇ ਬਚਾਉਣਾ ਵੀ ਆ, ਅਤੇ ਖਰਚਾ ਵੀ ਕਿਸ ਹਿਸਾਬ ਨਾਲ ਕਰਨਾ ਵਾ। ਅਤੇ ਚੱਲ ਇਹ ਵੀ ਗਾੜੀ ਦੀਦੀ, ਖਰਚੇ ਵਧਣੇ ਹੀ ਆ, ਮੈਂ ਤੁਹਾਡੀ ਗੱਲ ਸਮਝਦੀ ਹਾਂ, ਅਤੇ ਕੋਈ ਗੱਲ ਨਹੀਂ, ਬਾਕੀ ਜਿੱਦਾਂ ਤੁਸੀਂ ਕਹਿੰਦੇ ਆ ਨਾ ਆਪਾਂ ਉੱਦਾਂ ਹੀ ਕਰਾਂਗੇ। ਚੱਲ ਰੁਪਿੰਦਰ, ਇਹ ਤਾਂ ਗੱਲ ਸਹੀ ਆ। ਠੀਕ ਆ, ਆਪਾਂ ਰਲ ਮਿਲ ਕੇ ਕਰ ਲਾਂਗੇ ਦੋਵੇਂ ਜਣੇ। ਠੀਕ ਆ, ਹਾਂਜੀ ਦੀਦੀ, ਅਤੇ ਕੋਈ ਨਹੀਂ, ਵੇਖ ਲਓ ਮੈਂ ਭਾਂਡੇ ਸਾਫ਼ ਕਰ ਲਾਂ, ਤੂੰ ਵੇਖ ਲਾ ਹੋਰ ਕੁਛ ਕਰਨ ਵਾਲਾ। ਠੀਕ ਆ, ਚਲੋ ਠੀਕ ਜੀ।